ਮਨਪ੍ਰੀਤਾ ਚਾਹ ਮਾਰ ਗਈ ਪੁੱਤ ਹਾਂਜੀ ਮੰਮੀ ਜੀ ਤਰੀ ਹੋਈ ਆ ਮਨਪ੍ਰੀਤ ਓਏ ਐ ਕਰ ਮੇਰੀ ਰੋਟੀ ਪਾ ਦੇ ਚੰਗਾ ਫਿਰ ਮੈਂ ਟਾਈਮ ਨਾਲ ਬਗ ਜੂ ਕੰਮ ਤੇ ਥੋੜੀ ਰੋਟੀ ਤਾਂ ਮੈਂ ਕਦੋਂ ਦੀ ਪੈਕ ਕਰੀ ਬੈਠੀ ਆ ਬਣਾ ਕੇ ਲੈ ਕੇ ਆਉਣੀ ਆ ਅੱਛਾ ਚੱਲ ਐ ਕਰ ਛੇਤੀ ਫੜਾ ਦੇ ਫਿਰ ਮੈਂ ਲੇਟ ਨਾ ਹੋ ਜਾ ਆ ਲੋ ਮੰਮੀ ਜੀ ਚਾਹ ਪੁੱਤ ਐ ਕਰ ਸਬਜ਼ੀ ਮੈਂ ਕੱਟਤਾ ਨਹੀਂ ਤੂੰ ਸਵੇਰ ਤੀ ਲੱਗੇ ਕੰਮ ਕਰਨਾ ਤਾਕੋ ਕਿਉਂ ਨਹੀਂ ਮੇਰੀ ਤੀ ਮੰਮੀ ਜੀ ਮੇਰੇ ਹੁੰਦਿਆਂ ਨਾ ਤੁਹਾਨੂੰ ਕੰਮ ਦੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਮੈਂ ਆਪੇ ਕਰ ਲੂੰਗੀ ਸਾਰੇ ਕੰਮ ਲੈ ਨਹੀਂ ਮੇਰੀ ਤੀ ਕਿੰਨੀ ਸਿਆਣੀ ਤੁਸੀਂ ਐ ਕਰੋ ਪੁੱਤਾ ਜਿੱਥੇ ਘੁੰਮ ਕੇ ਆਉਣਾ ਘੁੰਮਿਓ ਮੈਂ ਹੈਗੀ ਕਰੇ ਹੈ ਇਹ ਗੱਲ ਤਾਂ ਮੰਮੀ ਜੀ ਮੈਂ ਤੁਹਾਨੂੰ ਕਹਿਣ ਲੱਗੀ ਸੀ ਵੀ ਜੇ ਕਿਤੇ ਮਿਲ ਜਾਣਾ ਨਾ ਜਾਇਓ ਹੁਣ ਮੈਂ ਹੈਗੀ ਆ ਕਰੇ ਤੁਸੀਂ ਟੈਨਸ਼ਨ ਨਾ ਲਿਓ ਚਲ ਕੋ ਨਹੀਂ ਪੁੱਤ ਤੁਸੀਂ ਘੁੰਮਿਓ ਆ ਬਾਵਲਾ ਕਹਿੰਦਾ ਤੇ ਤਾਂ ਨੂੰ ਨਾ ਬਣਨੀ ਨਹੀਂ ਮੈਂ ਤੈਨੂੰ ਇੰਨੀ ਸਿਆਣੀ ਸੜ ਤਾਂ ਮਾਵਾ ਤੀ ਮੰਗ ਬਾਜ ਬਣਦੀ ਐ ਤੁਸੀਂ ਨਾ ਆਪਸ ਨਾਲ ਲੜੀ ਜਾਇਆ ਕਰੋ ਅਸੀਂ ਲੜਦੇ ਤੂੰ ਲੜਾਵੇਂਗਾ ਤੁਹਾਡਾ ਮਾਮਾ ਧੀਆਂ ਦਾ ਨਾ ਪਿਆਰ ਬੜਾ ਗੂੜਾਗਾ ਤੁਹਾਡੀ ਨਜ਼ਰ ਲੜਾਉਗੀ ਸਾਨੂੰ ਮੈਂ ਹੀ ਕਹਿਣਾ ਤੁਹਾਡਾ ਮਾਮਾ ਧੀਆਂ ਦਾ ਨਾ ਪਿਆਰ ਬਹੁਤ ਵਧੀਆਗਾ ਆ ਤਾਂ ਬਾਲੀ ਚੰਗੀ ਆ ਇਹ ਤਾਂ ਮੇਰੀ ਨੂੰ ਰਾਜ ਕਰੂਗੀ ਰਾਜ ਦੇਖੀ ਤਾਂ ਮੇਰੇ ਉੱਤੇ ਚਲੋ ਤੁਹਾਡੀ ਰੋਟੀ ਪਾਤੀ ਐ ਲੈ ਜੋ ਹਾਂ ਚੱਲ ਲਿਆ ਲੈ ਜੋ ਪੁੱਤਾ ਲੈ ਕਿੰਨੀ ਸਿਆਣੀ ਹੈਗੀ ਘਰ ਘਰ ਹੋਣਾ ਇੰਨੇ ਜੂਹ ਹਾਂ ਤਾਂ ਜੇ ਜੇ ਨੂੰ ਮੇਰੇ ਆਈ ਹੈਗੀ ਬਾਲੀ ਸਿਆਣੀ ਹੈਗੀ ਅੱਜ ਦਾ ਕੰਮ ਟਾਈਮ ਨਾਲ ਹੀ ਨਿਬੜ ਗਿਆ ਸੀ ਯਾਰ ਤੁਸੀਂ ਆ ਵੀ ਗਏ ਕੱਪੜੇ ਧੋਤੇ ਸੀ ਹਾਂ ਕੱਪੜੇ ਤਾਂ ਧੋਤੇ ਸੀ ਤੁਸੀਂ ਕਿਵੇਂ ਇੰਨੀ ਜਲਦੀ ਆ ਗਏ ਅੱਜ ਟਾਈਮ ਨਾਲ ਨਿਬੜ ਗਿਆ ਜੀ ਕੰਮ ਡਿਊਟੀ ਤੋਂ ਮੈਂ ਛੇਤੀ ਫ੍ਰੀ ਹੋ ਕੇ ਫਿਰ ਮੈਂ ਆ ਗਿਆ ਅੱਛਾ ਚਲ ਜੇ ਟਾਈਮ ਨਾਲ ਆ ਹੀ ਗਏ ਹੋ ਤਾਂ ਮੈਂ ਇੱਕ ਗੱਲ ਕਹਿਣੀ ਸੀ ਹਾਂ ਦੱਸ ਵੀ ਆਪਾਂ ਬਾਜ਼ਾਰ ਚੱਲੇ ਆਉਂਦੇ ਆ ਹੁਣ ਹੋਰ ਮੈਂ ਤਾਂ ਬਾਲੇ ਦਿਨਾਂ ਦੀ ਸਕੀਮ ਜੀ ਕਰਦੀ ਸੀ ਪਰ ਤੁਹਾਡੇ ਕੋਲੇ ਟਾਈਮ ਹੀ ਨਹੀਂ ਹੁੰਦਾ ਸੀ ਅੱਜ ਤਾਂ ਮੌਕਾ ਮਿਲਿਆ ਏ ਫਿਰ ਮੈਂ ਬਾਜ਼ਾਰੋਂ ਤਾਂ ਆਇਆਗਾ ਜੇ ਕਿਤੇ ਕੋਈ ਚੀਜ਼ ਮੰਗਵਾਉਣੀ ਸੀ ਮੈਨੂੰ ਦੱਸ ਦਿਓ ਤੂੰ ਮਤਲਬ ਮੈਨੂੰ ਨਹੀਂ ਲੈ ਕੇ ਜਾਣਾ ਹੋ ਬਾਗ ਚੱਲਾਂ ਕੋਈ ਗੱਲ ਫਿਕਰ ਕਰਨੂ ਕਰਦੀ ਆ ਆਇਆ ਮੂੰਹ ਹੱਥ ਧੋ ਲਾ ਮੈਂ ਪਾਣੀ ਪੁਣੀ ਤਾਂ ਪਿਆ ਦੇ ਪਾਣੀ ਕੀ ਮੈਂ ਤੁਹਾਨੂੰ ਚਾਹ ਵੀ ਕਰਕੇ ਪਿਆ ਦਿੰਨੀ ਆ ਫੇਰ ਹੀ ਲੈ ਕੇ ਜਾਊਂਗੀ ਪੁੱਤੇ ਨੂੰ ਸਾਂਤਾ ਲੈ ਲੈਣੇ ਪਾਣੀ ਪੁਣੀ ਪੈ ਲੈ ਦੇ ਫੇਰ ਬਾਗ ਜੀ ਸ਼ਹਿਰ ਨਹੀਂ ਸੁੱਟੀ ਵਾਲੇ ਦਿਨ ਬਾਗ ਜੀ ਚੱਲ ਕੋਈ ਗੱਲ ਨਹੀਂ ਬੇਬੇ ਐਂ ਕਿ ਹੁੰਦਾ ਇਹਦੇ ਚ ਮਨ ਹੋਊਗਾ ਮੈਂ ਲੈ ਚੱਲਦਾ ਇਹਨੂੰ ਮੰਮੀ ਜੀ ਐਵੇਂ ਨਾ ਫਿਕਰ ਜੀ ਕਰੀ ਜਾਇਆ ਕਰੋ ਇਹਨਾਂ ਨੂੰ ਤਾਂ ਨਾਲ ਛੁੱਟੀ ਮਿਲਦੀ ਨਹੀਂ ਹੈਗੀ 12 ਇਤਵਾਰ ਨੂੰ ਮਿਲ ਜੇ ਪੁੱਤ ਇਹਨਾਂ ਦੇ ਬਹਾਨੇ ਨਹੀਂ ਲੋਟ ਆਉਂਦੇ ਨਾ ਇਹਨਾਂ ਦਾ ਕੰਮ ਲੋਟ ਆਉਂਦਾ ਬਸ ਤੁਸੀਂ ਹੁਣ ਕਾਨੂੰ ਲੜਨ ਬਹਿ ਗਈਆਂ ਮੈਂ ਤੁਹਾਨੂੰ ਕਿਹਾ ਲੈ ਚੱਲਦਾ ਵੀ ਤੁਸੀਂ ਐਵੇਂ ਟੈਨਸ਼ਨ ਨਾ ਲਈ ਜਾਇਓ ਕੰਮ ਕਰਦੀ ਮੈਂ ਆਪੇ ਆ ਕੇ ਕਰ ਲੂੰਗੀ ਸਾਰੀ ਨਾਲੇ ਕਿਧਰੇ ਨਹੀਂ ਤੁਹਾਡੇ ਪੁੱਤ ਨੂੰ ਭੁੱਖੇ ਨਹੀਂ ਲੈ ਕੇ ਚੱਲੀ ਸ਼ਹਿਰ ਚੰਗਾ ਪੁੱਤ ਕਰਦੀ ਆ ਕੇ ਕੰਮ ਹਾਂ ਆ ਜਾ ਕੇ ਕੀ ਆ ਜਾ ਯਾਰ ਤੁਹਾਡੇ ਨਾਲ ਜਾਣ ਦਾ ਨਾ ਕੋਈ ਫਾਇਦਾ ਨਹੀਂ ਨਿਕਲਿਆ ਕਿਉਂ ਕੀ ਹੋ ਗਿਆ ਕਾਲੀ ਤਾਂ ਕਰੀ ਗਏ ਉੱਥੇ ਅਜੇ ਮੈਂ ਕਿੰਨਾ ਸਮਾਨ ਲੈਣਾ ਸੀ ਸਿਰਫ ਆ ਸੂਟ ਤੇ ਥੋੜਾ ਜਿਹਾ ਮੇਕਅਪ ਦਾ ਸਮਾਨ ਤੇ ਆ ਗਿਫਟ ਹੀ ਦਿਵਾਇਆ ਤੁਸੀਂ ਮੈਨੂੰ ਜਿਹੜੀ ਚੀਜ਼ ਦਿਵਾਤੀ ਉਹਦੀ ਖੁਸ਼ੀ ਦੇਗੀ ਜਿਹੜੀ ਚੀਜ਼ ਨਹੀਂ ਮਿਲੀ ਉਹਦਾ ਗੁੱਸਾ ਕਰੀਏ ਨਹੀਂ ਤੂੰ ਨਾ ਕੁਛ ਖਵਾਇਆ ਨਾ ਪਿਆਇਆ ਕਾਲੀ ਕਾਲੀ ਚ ਲੈ ਕੇ ਗਏ ਕਾਲੀ ਕਾਲੀ ਚ ਮੋੜ ਲਿਆਂਦਾ ਮੂੰਹ ਠੀਕ ਕਰ ਲਾਉਣ ਸਮਾਈਲ ਲਿਆ ਫੇਸ ਤੇ ਬੇਬੇ ਮਿਲੂਗੀ ਬੇਬੇ ਨੂੰ ਦਿਖਾਣੀ ਸੂਟ ਕੀ ਲੈ ਕੇ ਆਏਗੀ ਨਹੀਂ ਬੇਬੇ ਨੂੰ ਤਾਂ ਦਿਖਾਉਣੀ ਆ ਹੋਰ ਕਿਹਨੂੰ ਦਿਖਾਉਂਗੀ ਓਹੋ ਗਰਮੀ ਵੀ ਬਾੜੀ ਹੋਈ ਪਈ ਆ ਹੋਰ ਚੱਲ ਤੂੰ ਮੇਰੀ ਘਰ ਸੁਣ ਬੇਬੇ ਨੂੰ ਦਿਖਾ ਸੂਟ ਤੇ ਮੈਂ ਕੱਪੜੇ ਬਦਲ ਲਾਂ ਹਾਂ ਠੀਕ ਆ ਆ ਗਈ ਪੁੱਤਾ ਮੈਂ ਤਾਂ ਕਦੋਂ ਲੱਗ ਗਈ ਡਿੱਕਣਾ ਮੈਂ ਤਾਂ ਜੀਣ ਲੱਗਿਆ ਤੇਥੋਂ ਬਿਨਾ ਓ ਅੱਛਾ ਮੰਮੀ ਜੀ ਹੋਰ ਆ ਅਸੀਂ ਕਿੱਡੇ ਕ ਦੂਰ ਗਏ ਸੀ ਇੱਥੇ ਤਾਂ ਗਏ ਸੀਗੇ ਮੈਂ ਦੇਖਿਆ ਕੀ ਲੈ ਆਈ ਹੈ ਓ ਹੋ ਮੰਮੀ ਸਬਰ ਤਾਂ ਕਰੋ ਗਰਮੀ ਬਾੜੀ ਆ ਤੁਹਾਨੂੰ ਨਹੀਂ ਦਿਖਾਣਾ ਹੋਰ ਕੌਣ ਆ ਘਰੇ ਦਿਖਾਉਣ ਵਾਲਾ ਜਿਹੜੀ ਚੀਜ਼ ਲੈ ਕੇ ਆਉਣੀ ਆ ਪਹਿਲਾਂ ਤੁਹਾਨੂੰ ਹੀ ਦਿਖਾਉਣੀ ਹੁੰਦੀ ਹੈ ਮੈਂ ਤਾਂ ਹੋਰੇ ਕਦੋਂ ਰੱਖਿਆ ਵੀ ਚੀਜ਼ ਹੈ ਪਹਿਲਾਂ ਤਾਂ ਆ ਦੇਖੋ ਆ ਤਾਂ ਸੌਰੀ ਮੈਂ ਤੁਹਾਨੂੰ ਖੋਲ ਕੇ ਨਹੀਂ ਦਿਖਾ ਸਕਦੀ ਹਾਂ ਇਹ ਤਾਂ ਆਪਣੀ ਰਮਨ ਦਾ ਜਨਮ ਦਿਨ ਨਹੀਂ ਹੈਗਾ ਕੱਲ ਨੂੰ ਉਹ ਗਿਫਟ ਦੇਣਾਗਾ ਇਹ ਤਾਂ ਵਧੀਆ ਕਰਿਆ ਪੁੱਤ ਤਾਂ ਤੇ ਆ ਮੈਂ ਮੇਕਅਪ ਜਿਹੜਾ ਸਮਾਨ ਲੈ ਕੇ ਆਈ ਸੀਗੀ ਜੀ ਟਾਈਮ ਦੇ ਹਿਸਾਬ ਨਾਲ ਨਾ ਸਾਰੇ ਰਿਵਾਜ ਚੇਂਜ ਹੋ ਜਾਂਦੇ ਆ ਹੁਣ ਉਹ ਮੇਰੇ ਪਹਿਲਾਂ ਵਾਲੇ ਸੂਟ ਆ ਤੇ ਉਹ ਰਿਵਾਜ ਕਿੱਥੇ ਆ ਰਿਵਾਜ ਤਾਂ ਨਿਤ ਦਿਨ ਬ ਦਿਨ ਬਦਲਦਾ ਰਹਿੰਦਾ ਬਸ ਫਿਰ ਉਹੋ ਜਿਹੇ ਸੂਟ ਆਉਂਦੇ ਰਹਿੰਦੇ ਆ ਹੁਣ ਨਾਲੇ ਤਾਂ ਨਖਰੇ ਥੱਲੇ ਹੀ ਰੱਖਦੀ ਆ ਦੇਖ ਸੰਦੂਕ ਭਰਿਆ ਪਿਆਗਾ ਸੂਟਾਂ ਦਾ ਤੂੰ ਹੋਰ ਨਾ ਤਾਂ ਸਮੈਰਨ ਦੀ ਲਾਲ ਗਲਾਰ ਇੰਨੇ ਵਾਲੇ ਸੋਹਣੇ ਵਧੀਆ ਪੈਂਦੇ ਮੰਮੀ ਗਰਮੀ ਤਾਂ ਇੰਨੀਆਂ ਲਾਲ ਗਲਾਲ ਪਹਿੰਦੇ ਆ ਸੂਟ ਆ ਫਿੱਕੇ ਫਿੱਕੇ ਰੰਗ ਦੀ ਸੋਹਣੇ ਲੱਗਦੇ ਆ ਚਲੋ ਮੈਂ ਸਾਂਭਿਆ ਮੈਂ ਕੱਪੜੇ ਸਾਂਭਦੇ ਪੁੱਤਾਂ ਅੱਗੇ ਤਾਂ ਮੈਂ ਕੁੜੀ ਨੂੰ ਇੰਨਾ ਸਮਝਦੀ ਵਧੀਆ ਲੈ ਖਾਤੇ ਵਾਲਾ ਕਰਨ ਲੱਗ ਗਈ ਨਵੇਂ ਤੋਂ ਨਵੇਂ ਸੂਟ ਸਮਾਈ ਇਹਨਾਂ ਨੇ ਫੈਸ਼ਨ ਇਹਨਾਂ ਦੇ ਠੀਕ ਹੀ ਨਹੀਂ ਹੁੰਦੇ ਹੈਗੇ ਵਾਹ ਲੱਗੇ ਕਰਨ ਕਦੇ ਫਰਾਕਾਂ ਜਿਹਾ ਲਈ ਕਦੇ ਕਹੀ ਜਿਹਾ ਲਈ ਚੱਲ ਮਰਜ਼ੀ ਆ ਬਈ
ਕਿਵੇਂ ਕਰਦੇ ਕਰੀ ਜਾਣੇ ਭਾਈ ਸਤਿ ਸ੍ਰੀ ਅਕਾਲ ਕਿਵੇਂ ਫੋਨ ਕਰੀ ਜਾਂਦੇ ਸੀਗੇ ਉਹ ਬਸ ਹੁਣ ਕੀ ਕਰਨਾ ਤੂੰ ਤੇ ਪਤੰਦਰਾ ਵਿਆਹ ਕਰਾ ਕੇ ਭੁੱਲ ਹੀ ਗਿਆ ਸਾਨੂੰ ਉਹ ਭੁੱਲ ਲੱਗਾ ਦਾ ਭਾਈ ਤੈਨੂੰ ਪਤਾ ਵਿਆਹ ਕਰਾ ਕੇ ਜ਼ਿੰਮੇਵਾਰੀਆਂ ਪੈ ਜਾਂਦੀਆਂ ਨੇ ਜਿਹੜੇ ਤੁਹਾਡੇ ਤੇ ਵੀ ਪੰਜ ਹੀ ਹੋਣਗੀਆਂ ਜ਼ਿੰਮੇਵਾਰੀਆਂ ਸਾਡੀਆਂ ਜ਼ਿੰਮੇਵਾਰੀਆਂ ਪੁੱਛਦਾ ਸਾਡੀਆਂ ਜਨਾਨੀਆਂ ਦੇ ਸਵੇਰੇ ਸਵੇਰੇ ਵੱਢ ਖਾਣ ਨੂੰ ਪੈਂਦੀਆਂ ਆਹ ਕਰ ਲਾ ਉਹ ਕਰ ਲਾ ਕੰਮ ਤੇ ਜਾਈਏ ਤਾਂ ਗਾਲਾ ਜੇ ਨਾ ਜਾਈਏ ਤਾਂ ਗਾਲਾ ਚੱਲ ਇਸ ਗੱਲੋਂ ਮੇਰੇ ਵਾਲੀ ਤਾਂ ਵਧੀਆ ਗਈ ਅੱਛਾ ਪੜ੍ਹੀ ਲਿਖੀ ਆ ਬੋਲਦੀ ਨਹੀਂ ਵਿਚਾਰੀ ਜਿੰਨਾ ਕੁ ਬੋਲਦੀ ਆ ਮਤਲਬ ਦਾ ਬੋਲਦੀ ਆ ਵਾਧੂ ਨੇ ਲੜਾਈ ਪੜ੍ਹਾਈ ਕਰਦੀ ਤੂੰ ਤੇ ਫਿਰ ਕਰਮਾਲਾ ਯਾਰ ਹੈ ਵਧੀਆ ਬੰਦਾ ਤੂੰ ਤੇ ਹਾਂ ਹੋਰ ਕੋਈ ਦੱਸੋ ਕੋਈ ਪਾਰਟੀ ਸ਼ਾਰਟੀ ਤਾਂ ਚਾਹੀਦੀ ਹੋ ਤੁਹਾਨੂੰ ਪਾਰਟੀ ਸ਼ਾਰਟੀ ਤਾਂ ਕੀ ਕਰਨੀ ਆ ਪਾਰਟੀ ਸ਼ਾਰਟੀ ਨਾਲ ਚੱਲ ਫੋਨ ਹੀ ਇਸ ਕਰਕੇ ਕਿਤੇ ਆ ਜਾ ਨਹੀਂ ਨਹੀਂ ਬਸ ਮੈਂ ਇੱਕ ਤੇਰੇ ਨਾਲ ਗੱਲ ਕਰਦੀ ਸੀ ਤੂੰ ਕਹਿੰਦਾ ਇੱਜ਼ਤ ਕਰਦੀ ਆ ਚੱਲ ਪਰਮਾਤਮਾ ਰੱਖੇ ਤੁਹਾਡੀ ਜੋੜੀ ਇੱਦਾਂ ਸਲਾਮਤ ਰਹੇ ਪਰ ਮੈਂ ਇੱਕ ਤੇਰੇ ਨਾਲ ਗੱਲ ਕਰਾਂ ਜਨਾਨੀਆਂ ਨਾ ਨਵਾਂ ਨਵਾਂ ਇੱਦਾਂ ਹੀ ਕਰਦੀਆਂ ਹੁੰਦੀਆਂ ਮੇਰੇ ਵਾਲੀ ਵੀ ਇੱਦਾਂ ਹੀ ਕਰਦੀ ਹੁੰਦੀ ਸੀ ਹੁਣ ਹੁਣ ਖੱਟ ਅੱਡ ਅੱਡ ਕੇ ਦੇ ਦੀ ਜਿਹਨੂੰ ਉਹ ਨਾ ਨਾ ਭਰਾਵਾ ਇਹਦਾ ਆਪਦੇ ਸਾਰੇ ਹੁੰਦਾ ਜਿੰਨੀ ਕਿ ਇੱਜ਼ਤ ਕਰ ਲਓਗੇ ਉਨੀ ਕੀ ਕਰਾ ਲਓਗੇ ਚੱਲ ਕੋਈ ਗੱਲ ਨਹੀਂ ਅਜਾ ਖਵਾਉਣਾ ਪੈਣਾ ਤੈਨੂੰ ਮੇਰੇ ਸੋਨੇ ਦੀ ਵਾਲੀ ਗਵਾਚ ਗਈ ਮੈਂ ਤਾਂ ਹੰਸੀ ਸਿਰ ਦੇਖਿਆ ਮੈਨੂੰ ਤਾਂ ਪਤਾ ਹੀ ਨੀ ਲੱਗਿਆ ਮੈਂ ਤੈਨੂੰ ਕਿੰਨੇ ਕਹਿਲਾ ਆਖਿਆ ਵੀ ਤੂੰ ਸਾਂਭ ਕੇ ਪੇਟੀ ਚ ਰੱਖ ਦੇ ਤੂੰ ਪਰਾਇਆ ਹਾ ਪਾਲਾ ਕਰ ਮੁੱਲ ਦੀਆਂ ਕਿਉਂ ਦਿਖਾਵਾ ਕਰਦੀ ਹੈਗੀ ਮੰਮੀ ਜੀ ਕਿਉਂ ਤੁਸੀਂ ਐਵੇਂ ਕਰਦੇ ਹੁੰਦੇ ਹੁਣ ਜਿਹੜੀ ਚੀਜ਼ ਪਾਉਣ ਵਾਸਤੇ ਬਣੀ ਆ ਕੁੜੀਆਂ ਚਿੜੀਆਂ ਦੇ ਉਹ ਤਾਂ ਪਾਉਣੀ ਹੈਗੀ ਆ ਹੁਣ ਸੋਨਾ ਸਾਂਭ ਕੇ ਕੀ ਕਰਨਾ ਆਪਾਂ ਪੁੱਤ ਪਾਸੇ ਆਸੇ ਜਦੋਂ ਵਿਆਹ ਸ਼ਾਦੀ ਚ ਪਾਇਆ ਕਰਦੇ ਨੇਗੇ ਘਰੇ ਨਹੀਂ ਪਾਉਂਦੇ ਹੁੰਦੇ ਲੈ ਘਰੇ ਪਾਉਣ ਨੂੰ ਕੀ ਹੋਇਆ ਜੇ ਚੀਜ਼ ਗਵਾਚਦੀ ਆ ਘਰੇ ਹੀ ਹੋਊਗੀ ਕੋਈ ਨਹੀਂ ਕਿਹੜਾ ਚੋਰ ਲੈ ਗਿਆ ਕੀ ਹੋ ਗਿਆ ਕੀ ਗਵਾਚ ਗਿਆ ਆ ਮੇਰੀ ਵਾਲੀ ਜੀ ਗਵਾਚ ਗਈ ਦੇਖਿਓ ਮੈਨੂੰ ਮਿਲਦੀ ਨਹੀਂ ਹੁਣ ਚੱਲ ਫਿਰ ਇੰਨਾ ਰੌਲਾ ਪਾਉਣ ਵਾਲੀ ਕੀ ਗੱਲ ਆ ਹੋਰ ਆ ਇਹਨੂੰ ਤਾਂ ਫੇਰ ਕੀ ਹੋ ਗਿਆ ਤੈਨੂੰ ਪਤਾ ਮਹਿੰਗਾਈ ਕਿੰਨੀ ਹੈਗੀ ਤਾਂ ਮਿਹਨਤ ਕਰ ਕਰਕੇ ਮਸਾ ਕਰਾਈ ਤੇਗੀ ਲੈ ਮੰਮੀ ਨੂੰ ਤਾਂ ਬਸ ਸੋਨੇ ਦੀ ਕਦਰ ਹੋ ਗਈ ਮੇਰੀ ਤਾਂ ਕਦਰ ਹੀ ਨਹੀਂ ਹੈਗੀ ਚੱਲ ਬੇਬੇ ਤੂੰ ਐਂ ਵੀ ਸਮਝ ਵੀ ਤੇਰੇ ਰੌਲਾ ਪਾਉਣ ਨਾਲ ਚੀਜ਼ ਮਿਲ ਜੂਗੀ ਨਹੀਂ ਮਿਲਦੀ ਨਾ ਫਿਰ ਕਾਹਦੇ ਵਾਸਤੇ ਰੌਲਾ ਪਾਇਆ ਮੈਂ ਦੁੱਖ ਤਾਂ ਹੁੰਦਾ ਗਾ ਮਸਾ ਕਮਾ ਕੇ ਆ ਕਰਨ ਜਤੀ ਮੈਂ ਚੱਲ ਮੇਰੀ ਮਾਂ ਫਿਕਰ ਨਾ ਕਰ ਲੱਭ ਜੂਗੀ ਇੱਥੇ ਪਈ ਹੋਊਗੀ ਚੱਲ ਰੋਟੀ ਟੁੱਕ ਕਰ ਲਓ ਤੁਸੀਂ ਨਾਲੇ ਮੰਮੀ ਪਾਉਣ ਨੂੰ ਮੈਂ ਕਿਹੜਾ ਵੱਡੇ ਵੱਡੇ ਚੁੰਕੇ ਜੇ ਪਾਈ ਫਿਰਦੀ ਆ ਉਹ ਤਾਂ ਮੈਂ ਤੁਹਾਨੂੰ ਫੜਾਏ ਆ ਨਾ ਵੀ ਸਾਂਭ ਕੇ ਰੱਖ ਲਓ ਆ ਪੂਰਾ ਪੂਰਾ ਵਾਲੀਆਂ ਇਹ ਤਾਂ ਪਾਉਣ ਦੇ ਦੋ ਅਸਾ ਚੁੱਪ ਕੇ ਰੱਖ ਲਾਂਦੀ ਆ ਤਾਂ ਇੰਨੀ ਕ ਰੱਖੀ ਨਹੀਂ ਕਿਤੇ ਤੂੰ ਚੱਲ ਹੁਣ ਲੜੀ ਕਾ ਤੁਹਾਨੇ ਤੁਸੀਂ ਗੱਲ ਨਿਬੇੜੋ ਨਾ ਲੱਭ ਜੂਗੀ ਕੋਈ ਗੱਲ ਨਹੀਂ ਮਾਂ ਤੂੰ ਫਿਕਰ ਨਾ ਕਰ ਜਾ ਤੂੰ ਕੰਮ ਕਰ ਲਾ ਤੂੰ ਵੀ ਐਵੇਂ ਕਾਹਤੋਂ ਬੋਲਦੀ ਨੇ ਮਾਂ ਨੂੰ ਤੈਨੂੰ ਪਤਾ ਜੋ ਮੰਮੀ ਦਾ ਸੁਭਾਅ ਹੀ ਨਹੀਂ ਹੈਗਾ ਮੈਂ ਨਹੀਂ ਬੋਲੀ ਹੈਗੀ ਇੱਕ ਤਾਂ ਪਹਿਲਾਂ ਹੀ ਮੈਨੂੰ ਟੈਨਸ਼ਨ ਹੋਈ ਪਈ ਐ ਮੇਰੀ ਵਾਲੀ ਗਵਾਚ ਗਈ ਉੱਤੋਂ ਮੰਮੀ ਆ ਕੇ ਬੋਲੀ ਜਾਂਦੇ ਆ ਚੱਲ ਕੋਈ ਨਹੀਂ ਆਏ ਲੱਭਦੇ ਫਿਰ ਇੱਥੇ ਕਿਤੇ ਉਹ ਫਿਰਦੀ ਹੋਣੀ ਆ ਹਾਏ ਦੇਖੀ ਮੈਨੂੰ ਤਾਂ ਵਾਲੀ ਦੀ ਟੈਨਸ਼ਨ ਹੋਈ ਪਈ ਵੀ ਸਿੱਟੀ ਕਿੱਧਰ ਮੈਂ ਵੀਰੇ ਦਾ ਫੋਨ ਹੁਣ ਵੀਰੇ ਨੇ ਕੱਟਤਾ ਫੇਰ ਆ ਗਿਆ ਨਾਲੇ ਵੀਰੇ ਦਾ ਇੰਡੀਆ ਵਾਲੇ ਨੰਬਰ ਤੋਂ ਫੋਨ ਕਿਵੇਂ ਆਈ ਜਾਂਦਾ ਹੈ ਹੈਲੋ ਹੈਲੋ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿਵੇਂ ਵੀਰੇ ਠੀਕ ਆ ਬਣੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਵਧੀਆ ਠੀਕ ਠਾਕ ਬਣੇ ਹੋਰ ਕੀ ਬਣਾਈ ਜਾਂਦੇ ਸੀ ਕੁਛ ਨਹੀਂ ਵੀਰੇ ਬਸ ਬੈਠੀ ਸੀ ਮੰਮੀ ਹੁਣੀ ਕਿਵੇਂ ਆ ਸਭ ਠੀਕ ਠਾਕ ਆ ਬਣੇ ਅੱਛਾ ਵੀਰੇ ਤੁਹਾਡਾ ਫੋਨ ਮੈਨੂੰ ਇੰਡੀਆ ਵਾਲੇ ਨੰਬਰ ਤੋਂ ਕਿਵੇਂ ਆਇਆ ਉਹ ਸੱਚ ਮੈਂ ਤੈਨੂੰ ਦੱਸਣਾ ਭੁੱਲ ਗਿਆ ਸੀ ਭੈਣੇ ਮੈਂ ਕੱਲ ਆ ਗਿਆ ਸੀਗਾ ਪਿੰਡ ਵੀਰੇ ਮੈਂ ਤਾਂ ਗੁੱਸੇ ਆ ਤੁਹਾਡੇ ਨਾਲ ਹਾਏ ਦੇ ਕੋਲੀ ਗੁੱਸੇ ਕਾ ਤੋ ਵੀ ਤੂੰ ਕਿਉਂ ਫਿਰ ਤੁਸੀਂ ਮੈਨੂੰ ਇੱਕ ਵਾਰੀ ਵੀ ਨਹੀਂ ਦੱਸਣਾ ਜ਼ਰੂਰੀ ਸਮਝਿਆ ਵੀ ਮੈਂ ਆਪਦੀ ਭੈਣ ਨੂੰ ਦੱਸਦਾ ਮੈਂ ਲੈਣ ਆ ਜਾਂਦੀ ਤੁਹਾਨੂੰ ਨਾ 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 ਇੰਨਾ ਨਾਰਾਜ਼ ਨਹੀਂ ਹੋਈਦਾ ਬੜੇ ਮੈਂ ਕੋਈ ਗੱਲ ਨਹੀਂ ਮੈਂ ਕਾਫੀ ਦਿਨ ਆਉਂ ਇੱਥੇ ਮੈਂ ਤੁਹਾਨੂੰ ਮਿਲ ਲੈ ਆਉਂਗਾ ਬਸ ਇੱਕ ਦੋ ਦਿਨਾਂ ਚ ਚੱਲ ਵੀਰੇ ਛੇਤੀ ਛੇਤੀ ਆ ਜਾ ਹੁਣ ਆਪਦੀ ਭੈਣ ਨੂੰ ਮਿਲਣ ਲਈ 2 ਸਾਲ ਹੋ ਗਿਆ ਭੈਣ ਭਰਾਵਾਂ ਨੂੰ ਆਪਾਂ ਨੂੰ ਦੂਰ ਹੋਇਆ ਨੂੰ ਹਾਂ ਹਾਂ ਬੜੇ ਪੱਕਾ ਪੱਕਾ ਰੱਖ ਲਈ ਤੇ ਆਉਂਦਾ ਮੈਂ ਪੱਕਾ ਬੜੇ ਹਾਂ ਵੀਰੇ ਆ ਜੀ ਠੀਕ ਹੈ ਬਣੇ ਠੀਕ ਹੈ ਚੱਲ ਠੀਕ ਆ ਵੀਰੇ ਮੈਂ ਤੈਨੂੰ ਬਾਅਦ ਚ ਬਣੇ ਚੰਗਾ ਚੰਗਾ ਵੀਰੇ ਨਿਮਾਨ ਪ੍ਰੀਤਾ ਕੀ ਹੋਇਆ ਮੰਮੀ ਆ ਦੇਖਾ ਆ ਭਾਂਡੇ ਦੀ ਟੋਕਰੀ ਇੱਥੇ ਹੈਗੀ ਮੈਨੂੰ ਤੇਰੀ ਵਾਲੀ ਹਾਏ ਹਾਏ ਸ਼ੁਕਰ ਆ ਵਾਹਿਗੁਰੂ ਦਾ ਮੈਨੂੰ ਤਾਂ ਬਾਲੀ ਟੈਨਸ਼ਨ ਹੋਈ ਪਈ ਸੀ ਅੱਛਾ ਤੈਨੂੰ ਟੈਨਸ਼ਨ ਵਾਲੀ ਤੇ ਮੈਨੂੰ ਨਹੀਂ ਸੀ ਤੂੰ ਸਾਂਭ ਕੇ ਰੱਖਿਆ ਕਰ ਮੇਰੇ ਤੇ ਕੋਈ ਨਹੀਂ ਮੰਮੀ ਅੱਗੇ ਤੋਂ ਧਿਆਨ ਰੱਖੂਗੀ ਨਾਲੇ ਬਹੁਤ ਬਹੁਤ ਧੰਨਵਾਦ ਤੁਹਾਡਾ ਚੰਗਾ ਪੁੱਤ ਮੈਂ ਤੇ ਚਾਚੇ ਕੇ ਜਾਇਆ ਮੈਂ ਚੰਗਾ ਹਾਂ ਕੋਈ ਨਹੀਂ ਜਾਇਓ ਚਲ ਮੈਂ ਵੀ ਦੇਖ ਲਾਂ ਕੋਈ ਕੰਮ ਕਰ ਸਬਜ਼ੀ ਬਹੁਤ ਸਵਾਦ ਬਣਾਈ ਜੇ ਇੱਕ ਰੋਟੀ ਹੋਰ ਖਾ ਲਓ ਫਿਰ ਮੰਮੀ ਤਾਂ ਮੰਗਵਾਉਣੀ ਮੰਮੀ ਜੀ ਬਸ ਮੰਮੀ ਦੱਸ ਮੰਮੀ ਇੱਕ ਰੋਟੀ ਲਿਆ ਦਿਓ
ਆ ਕੀ ਨਵਾਂ ਰਿਵਾਜ ਚੱਲ ਰਿਹਾ ਇਹ ਚੰਗਾ ਕਰਨਾ ਕਾ ਨਹੀਂ ਸਾਡੇ ਵਾਰ ਦੇ ਉਹ ਪਹਿਲਾਂ ਬੰਦੇ ਨੂੰ ਰੋਟੀ ਖਵਾ ਕੇ ਫਿਰ ਕੰਮ ਧੰਦੇ ਲਾ ਕੇ ਅਸੀਂ ਕੰਮ ਧੰਦਾ ਕਰਕੇ ਨਿਬੇੜ ਕੇ ਫਿਰ ਰੋਟੀ ਖਾਂਦੇ ਤੇ ਉਹ ਬੇਬੇ ਤੁਹਾਡੇ ਵੇਲੇ ਰਿਵਾਜ ਕੋਈ ਹੋਰ ਸੀਗਾ ਹੁਣ ਨਹੀਂ ਹੁਣ ਪੜੀਆਂ ਲਿਖੀਆਂ ਨੇ ਜੇ ਨਾ ਰੋਟੀ ਖਾ ਲਈ ਫਿਰ ਕਿੱਡੀ ਵੱਡੀ ਗੱਲ ਹੋ ਗਈ ਆ ਨਵੀਂ ਰਿਵਾਜ ਚੱਲ ਨਾ ਭਾਈ ਮੇਰੇ ਨਹੀਂ ਪਸੰਦਾ ਹੈ ਕੋਈ ਗੱਲ ਨਹੀਂ ਤੂੰ ਐਵੇਂ ਨਾ ਬੋਲਿਆ ਕਰ ਰੋਟੀ ਉਹ ਤੂੰ ਗੱਲ ਗੱਲ ਤੇ ਐਵੇਂ ਨਾ ਝਿੜਕਿਆ ਕਰ ਗੁੱਸਾ ਕਰ ਜੂਗੀ ਤੇਰੀ ਬਹੂ ਮੰਮੀ ਜੀ ਇਹਦੇ ਚ ਐਡਾ ਕੀ ਬੋਲਣ ਵਾਲਾ ਕੰਮ ਹੈਗਾ ਰੋਟੀ ਹੀ ਖਾਧੀ ਆ ਨਹੀਂ ਪਤਾ ਆਪਦੇ ਬੰਦੇ ਨਾਲ ਹੀ ਖਾਧੀ ਆ ਮੈਂ ਤਾਂ ਚੰਗਾ ਕਹਿਨੀ ਆ ਪੁੱਤ ਮਾੜੀ ਹੁੰਦੀ ਹੈ ਰੋਟੀ ਪਹਿਲਾਂ ਖਾਈ ਪਹਿਲਾਂ ਕੰਮ ਤੇ ਵਗ ਜਾਣ ਉਹਨੂੰ ਸਾਰਾ ਕੰਮ ਧੰਦਾ ਕਰਕੇ ਫੇਰ ਰੋਟੀ ਖਾ ਲੈਂਦੀ ਕੋਈ ਨਹੀਂ ਮੰਮੀ ਦਾ ਸੁਭਾਅ ਕੁਝ ਜ਼ਿਆਦਾ ਹੀ ਚੇਂਜ ਨਹੀਂ ਹੋਈ ਜਾਂਦਾ ਗੱਲ ਗੱਲ ਤੇ ਰੋਕਣ ਟੋਕਣ ਲੱਗ ਪਏ ਇਹ ਮੈਨੂੰ ਪਤਾ ਨਹੀਂ ਕੀ ਪੁਰਾਣੇ ਜਿਹੇ ਖਿਆਲ ਲੈ ਕੇ ਬੈਠੇ ਆ ਮੰਗੀ ਰੋਟੀ ਸੀ ਅੱਗੋ ਭਾਸ਼ਣ ਸੁਣਾਤਾ ਲੈ ਪੁੱਤ ਮੈਨੂੰ ਫੜਾ ਦੇ ਕਰਦਾ ਮੈਂ ਚੀਰ ਦੂੰ ਗੰਢੇ ਕੋਈ ਨਹੀਂ ਮੰਮੀ ਮੈਂ ਚੀਰ ਤੇ ਜਾਂਦੀ ਲੈ ਵੀਰਾ ਪਰਿਵਾਰ ਸਾਰਾ ਠੀਕ ਠਾਕ ਤੂੰ ਦੱਸ ਪੁੱਤ ਤੇਰਾ ਬਾਹਰ ਕਿਵੇਂ ਲੰਘਦਾ ਟਾਈਮ ਬਹੁਤ ਵਧੀਆ ਲੰਘਦਾ ਮਾਤਾ ਬਹੁਤ ਵਧੀਆ ਲੰਘਦਾ ਸੀਗਾ ਫਿਰ ਤਾਂ ਦੱਸ ਹੀ ਨਹੀਂ ਹੈਗਾ ਸਾਨੂੰ ਬਸ ਮਾਤਾ ਜੀ ਅਚਾਨਕ ਬਣ ਗਿਆ ਪ੍ਰੋਗਰਾਮ ਜਾਂ ਥੋੜੇ ਟਾਈਮ ਆਉਣ ਵਾਸਤੇ ਅੱਜ ਵੀ ਮੈਂ ਅਚਾਨਕ ਹੀ ਲੰਘਿਆ ਜਾਂਦਾ ਸੀਗਾ ਬੈਂਕ ਦਾ ਕੰਮ ਸੀ ਮੈਨੂੰ ਅੱਛਾ ਤੇ ਮਾਤਾ ਵਾਲਾ ਕਹੀ ਜਾਂਦੀ ਕਹਿੰਦੀ ਮਨਪ੍ਰੀਤ ਕੋਲੇ ਨਹੀਂ ਗਿਆ 2-2.5 ਸਾਲ ਹੋ ਗਏ ਤੇ ਉਹਦਾ ਸਮਾਨ ਜਾ ਲਿਆਂਦਾ ਸੀ ਬਾਹਰੋਂ ਨਾਲੇ ਆ ਬੈਗ ਜਾਂ ਮੈਨੂੰ ਸੋਹਣਾ ਲੱਗਿਆ ਉਹਦੇ ਵਾਸਤੇ ਬੈਗ ਲੈ ਕੇ ਕਾਹ ਕਿਤੇ ਨੂੰ ਹੋ ਗਿਆ ਇਹਨੂੰ ਹਾਂ ਇਹਨੂੰ ਤਾਂ 3 ਦਿਨ ਹੋਏ ਨੇ ਅਜੇ ਫੇਰ ਚੱਲ ਵਧੀਆ ਰਹਿ ਗਿਆ ਪੁੱਤ ਨਹੀਂ ਮਿਲ ਜਾਏਗਾ ਬਾਹਰ ਨਹੀਂ ਨਾਲ ਹਨਾ ਹੋਰ ਮਾਤਾ ਹੋਰ ਹੋਰ ਸੁਣਾ ਮਾਤਾ ਤੂੰ ਸਿਹਤ ਠੀਕ ਰਹਿੰਦੀ ਹੈ ਹਾਂ ਪੁੱਤ ਠੀਕ ਹੈ ਰਹਿੰਦੀ ਹੈ ਬੇਟਾ ਚਲੋ ਦਵਾਈ ਬੁੱਟੀ ਖਾਈ ਜਾਂਦੇ ਹੋ ਖਾਈ ਜਾਂਦੇ ਦਵਾਈ ਕਦੋਂ ਸੁੱਟਦੀ ਹੈ ਪੁੱਤ ਹੋਰ ਮਨਪ੍ਰੀਤ ਲੱਗ ਰਿਹਾ ਜੀ ਭਣੇ ਜੀ ਤਾਂ ਲੱਗਿਆ ਵਾ ਵੀਰੇ ਪਰ ਤੇਰੇ ਬਿਨਾਂ ਨਹੀਂ ਲੱਗਦਾ ਸੀ ਬਸ ਹੁਣ ਤੂੰ ਮਿਲ ਲਿਆ ਹੁਣ ਮੈਂ ਬਾਗੋ ਬਾਗਾ ਵੀਰੇ ਤੂੰ ਬੈਠ ਮੰਮੀ ਨਾਲ ਮਾਰ ਕੱਲਾ ਮੈਂ ਚਾਹ ਬਣਾ ਕੇ ਲਿਆਉਂਦੀ ਹਾਂ ਚਾਹ ਤਾਂ ਚੱਲ ਕੋਈ ਨਹੀਂ ਛੇਤੀ ਕਰ ਲਈ ਭਣੇ ਮੈਂ ਗਾਹਾਂ ਜਾਣਾ ਬੈਂਕ 'ਚ ਫਿਰ ਹੋਰ ਮਾਸੀ ਤੂੰ ਤਾਂ ਠੀਕ ਰਹਿਣੀ ਹੈ ਹਾਂ ਵਧੀਆ ਖਿਆਲ ਰੱਖਦੀ ਹੈ ਮਨਪ੍ਰੀਤ ਤੇਰਾ ਬਾਹਲਾ ਵਧੀਆ ਰੱਖਦੇ ਮਾਂ ਮੱਤੀਆਂ ਮੰਗੂ ਨੇ ਅੱਜ ਤੱਕ ਕਦੇ ਕੌੜੀਆਂ ਹੋਈਆਂ ਨਹੀਂ ਚੱਲ ਸ਼ੁਕਰ ਪਰਮਾਤ ਬਾਹਰ ਤਾਂ ਇੰਨੀ ਸਿਰ ਤੋੜੀ ਹੈ ਵੀ ਉਹ ਲੜਕੀ ਵਾਤੀ ਕੋਈ ਨਹੀਂ ਤਾਂ ਘਰ ਆਉਣਾ ਹੀ ਚੱਲ ਸ਼ੁਕਰ ਮਾਤਾ ਬਾਕੀ ਸਿਆਣਿਆਂ ਨਾਲ ਘਰ ਵਸਦੇ ਹੁੰਦੇ ਨੇ ਤੁਸੀਂ ਸਿਆਣੇ ਹੋ ਤਾਂ ਸਾਰਾ ਪਰਿਵਾਰ ਵਧੀਆ ਚੱਲੀ ਜਾਂਦਾ ਹੈਗਾ ਸਾਨੂੰ ਤਾਂ ਤੁਹਾਡਾ ਖੁਸ਼ ਰਹਿੰਦਿਆਂ ਦੀ ਭਾਅ ਹੈਗਾ ਜੇ ਖੁਸ਼ ਰਹੋਗੇ ਤਾਂ ਹੀ ਅਸੀਂ ਖੁਸ਼ ਹੋਗੇ ਨਾ ਪੁੱਤ ਇੱਧਰ ਤਾਂ ਜਮੀ ਨਾ ਟੈਸ਼ਨ ਕਰ ਅਸ ਤਾਂ ਮਾਮਾ ਧੀਆਂ ਵਾਂਗੂ ਰਹਿੰਦੇ ਨੂੰਹਾਂ ਧੀਆਂ ਹਾਂ ਤਾਂ ਗੱਲੇ ਨਹੀਂ ਹੈਗੀ ਮੈਂ ਤਾਂ ਧੀ ਬਣਾ ਕੇ ਰੱਖ ਰਹੀ ਹੈ ਇਹ ਚੱਲ ਵਧੀਆ ਮਾਤਾ ਵਧੀਆ ਫਿਰ ਮੈਨੂੰ ਵੀ ਇਹੀ ਸੋਚ ਤੁਹਾਡੇ ਸਿਰ ਤੇ ਮੈਨੂੰ ਕੋਈ ਸੋਚ ਫਿਕਰ ਨਹੀਂ ਹੈਗੀ ਨਾਲੇ ਐਂ ਹੁੰਦਾ ਹੈਗਾ ਜਦੋਂ ਬਾਹਰ ਬੈਠੇ ਹੁੰਦੇ ਆ ਸਾਰਾ ਦਿਨ ਆਪਦੀ ਭੈਣ ਕਣੀ ਆਪਦੇ ਪਰਿਵਾਰ ਕਣੀ ਧਿਆਨ ਰਹਿੰਦਾ ਹੈਗਾ ਚੱਲ ਤੇਰੀ ਕਣੀ ਸੋਚ ਕਰਨਾ ਇਧਰ ਤਾਂ ਜਮੀ ਨਾ ਸੋਚ ਕਰ ਚੱਲ ਮਾਤਾ ਸਾਡੀ ਕਿਸਮਤ ਚੰਗੀ ਹੈ ਸਾਡੀ ਕੁੜੀ ਦੀ ਕਿਸਮਤ ਚੰਗੀ ਹੈ ਉਹ ਤਾਂ ਮੰਮੀ ਨੂੰ ਤਾਂ ਲਿਆਉਂਦਾ ਵਿਆਹ ਵੇਲੇ ਦੀ ਮਿਲੀ ਹੋਈ ਹੈ ਚੱਲ ਕੋਈ ਨਹੀਂ ਮਾਤਾ ਕਦੇ ਫਿਰ ਲੈ ਕੇ ਆਉਂਗਾ ਮਿਲਾ ਕੇ ਲੈ ਜਾਊਂਗਾ ਪੱਕਾ ਲੈ ਵੀਰੇ ਚਾਹ ਵੀਰੇ ਮੈਨੂੰ ਨਾ ਪੱਕਾ ਨਹੀਂ ਪਤਾ ਸੀ ਵੀ ਤੂੰ ਆਏਗਾ ਕਿ ਨਹੀਂ ਨਹੀਂ ਫਿਰ ਮੈਂ ਕੁਝ ਖਾਣ ਪੀਣ ਨੂੰ ਮੰਗਵਾ ਲੈਂਦੀ ਇਹਨਾਂ ਤੋਂ ਚੱਲ ਕੋਈ ਨਹੀਂ ਕੁੜੀਏ ਤੈਨੂੰ ਪਤਾ ਹੈ ਆਪਾਂ ਉਹੀ ਪੰਜਾਬ ਦੇ ਜਾਏਂਗੇ ਆਪਣੇ ਤਾਂ ਕੁੜੀਆਂ ਦੇ ਘਰ ਦਾ ਪਾਣੀ ਪੀਣਾ ਵੀ ਜ਼ਿਆਦਾ ਪਾਪ ਮੰਨਿਆ ਜਾਂਦਾ ਹੈ ਚੱਲ ਤੂੰ ਚਾਹ ਬਣਾਤੀ ਹੁਣ ਧੱਕੇ ਨਾਲ ਕੋਈ ਮਾਸੀ ਨੂੰ ਨਹੀਂ ਚਾਹ ਲੈਂਦੀ ਉਹ ਕਾਹਨੂੰ ਪਤਾ ਤੇਜ਼ਾਬ ਬਣਦਾ ਹੈ ਮੇਰੇ ਤਾਂ ਚਾਹ ਬੰਦ ਕਰਕੇ ਆ ਉਹ ਤਾਂ ਬਾਹਲਾ ਖਿਆਲ ਰੱਖਦੀ ਮੇਰਾ ਹੋਰ ਵੀਰੇ ਜਿੰਨੀ ਚਾਹ ਪੀਵਾਂਗੇ ਉਨਾ ਹੀ ਤੇਜ਼ਾਬ ਬਣਦਾਗਾ ਚੱਲ ਕੋਈ ਨਹੀਂ ਮਤਾ ਦਵਾਈ ਬੁੱਟੀ ਧਿਆਨ ਨਾਲ ਖਾ ਲਿਆ ਕਰ ਠੀਕ ਹੈ ਡਾਕਟਰਾਂ ਨੇ ਮਨਾ ਕਰ ਰੱਖਿਆ ਚਾਹ ਨੂੰ ਹੋਰ ਪੁੱਤਾ ਚੱਲ ਕੋਈ ਨਹੀਂ ਮਤਾ ਰੱਖੜੀ ਬਣਾ ਜੂਗਾ ਸੱਚ ਰੱਖੜੀ ਤਾਂ ਤੀਆਂ ਦਾ ਸੁਧਾਰਾ ਸੀ ਤੇਰਾ ਮੰਮੀ ਵਾਲਾ ਕਹੀ ਗਈ ਮਨਪ੍ਰੀਤ ਕਹੂਗੀ ਵੀ ਆਈ ਨੀ ਬਾਈ ਜਿੱਦਣ ਦਾ ਤੀਆਂ ਦੇ ਸੁਧਾਰੇ ਨਾਲੋਂ ਵੱਧ ਖੁਸ਼ੀ ਮੈਨੂੰ ਮੇਰੇ ਵੀਰੇ ਆਏ ਦੀ ਆ ਚੱਲ ਕੋਈ ਨਹੀਂ ਭੈਣੇ ਇਹ ਤਾਂ ਮਾਨ ਤਾਨ ਹੁੰਦੇ ਨੇ ਤੀਆਂ ਦਾ ਤਾਂ ਸਾਨੂੰ ਪਤੀ ਆ ਸਾਰਿਆਂ ਨੂੰ ਪਤਾ ਵੀ ਹਾਂ ਖੁਸ਼ ਰਹਿੰਦੀਆਂ ਨੇ ਆਈ ਰੱਖੜੀ ਬਣਾ ਜੂਗਾ ਤੇ ਤੂੰ ਨੇੜੇ ਆ ਰੱਖੜੀ ਨਹੀਂ ਰਹਿਣ ਦੀ ਵੀਰੇ ਕੋਈ ਲੋੜ ਨੀ ਕਿਉਂ ਹੈ ਦੇਖ ਬੋਲੀ ਇੰਨਾ ਕਿਉਂ ਚੌਂਕ ਗਿਆ ਵੀਰੇ ਮੈਂ ਆਉਂਗੀ ਉੱਥੇ ਨਾਲੇ ਤਾਂ ਮੈਂ ਰੱਖੜੀ ਲੈ ਕੇ ਆਉਂਗੀ ਤੇਰੇ ਲਈ ਸੋਹਣੀ ਜੀ ਤੇ ਨਾਲੇ ਤੂੰ ਉਧਰੋਂ ਮੈਨੂੰ ਸੂਟ ਬਣਾ ਦੇ ਸੋਹਣਾ ਜਿਹਾ ਸੂਟ ਜਿੰਨੇ ਮਰਜ਼ੀ ਕੁੜੀਏ ਤੂੰ ਆਉਣ ਵਾਲੀ ਬਣ ਭੈਣੇ ਤੇਰੇ ਵਾਸਤੇ ਸੂਟਾਂ ਦਾ ਘੱਟ ਹੈ ਤੂੰ ਆ ਜੀ ਚੰਗਾ ਭੈਣੇ ਤੇਰੀਆਂ ਗੱਲਾਂ ਨਹੀਂ ਮੁੱਕਣੀਆਂ ਹੁਣ ਮੈਂ ਜਾਣਾ ਮੇਰਾ ਬੈਂਕ ਵਾਲਾ ਕੰਮ ਰਹਿ ਜੂਗਾ ਚੰਗਾ ਵੀਰੇ ਚੰਗਾ ਮਾਸੀ ਮੈਂ ਤੁਹਾਡੇ ਨਾਲ
ਧਿਆਨ ਨਾਲ ਜਾਈ ਵੀਰਾ ਬਣ ਕੇ ਚੰਗਾ ਪੜੇ ਚੰਗਾ ਗੱਲ ਸੁਣ ਲਾ ਕੇ ਕੁੜੀ ਜੀ ਤੈਨੂੰ ਆਕਲ ਨਹੀਂ ਹੈਗੀ ਜੇ ਤੂੰ ਭਾਈ ਨੂੰ ਚਾਹ ਲਿਆ ਕਿਤੇ ਤੇ ਮੈਨੂੰ ਵੀ ਲੈ ਦਿੰਦੀ ਇਕੱਠੇ ਬੈਠ ਕੇ ਪੀਂਦੇ ਮੰਮੀ ਜੀ ਤੁਸੀਂ 2 ਮਿੰਟ ਪਹਿਲਾਂ ਤਾਂ ਚਾਹ ਪੀ ਕੇ ਹਟੇ ਸੀ ਤੁਹਾਨੂੰ ਐਡੀ ਛੇਤੀ ਚਾਹ ਪੀਣ ਨੂੰ ਕੀ ਹੋਇਆ ਸੀਗਾ ਨਹੀਂ ਇਕੱਠੇ ਬੈਠ ਕੇ ਪੀਂਦੇ ਹੁੰਦੇ ਜੇ ਕੋਈ ਰਿਸ਼ਤੇਦਾਰ ਆ ਜੇ ਪੁੱਤ ਚਾਹ ਦਿੰਦੇ ਹੁੰਦੇ ਨੇ ਅੱਛਾ ਫਿਰ ਮੈਨੂੰ ਤਾਂ ਪਤਾ ਨਹੀਂ ਸੀਗਾ ਵੀ ਇਕੱਠੇ ਬੈਠ ਕੇ ਚਾਹ ਪੀਂਦੇ ਹੁੰਦੇ ਆ ਨਾਲੇ ਤੁਸੀਂ ਉਂ ਤਾਂ ਮੈਨੂੰ ਗੱਲ-ਗੱਲ ਤੇ ਟੋਕਦੇ ਰਹਿੰਦੇ ਹੋ ਵੀ ਖਰਚਾ ਫਜ਼ੂਲ ਕਰਦੀ ਆ ਐਂ ਕਰਦੀ ਆ ਉਹ ਕਰਦੀ ਆ ਫਿਰ ਮੈਂ ਚਾਹ ਕਿਉਂ ਬਣਾਉਂਦੀ ਇੱਕ ਕੱਪ ਵੱਧ ਦੁੱਧ ਦਾ ਫਜ਼ੂਲ ਖਰਚਾ ਨਹੀਂ ਹੋਣਾ ਸੀਗਾ ਜਦ ਤੁਸੀਂ ਤਾਂ ਚਾਹ ਪੀ ਲਈ ਸੀਗੀ ਅੱਛਾ ਤੂੰ ਮੈਨੂੰ ਸਮਝਾਵੇਂਗੀ ਸਮਝਾਉਣ ਦਾ ਟਾਈਮ ਆ ਗਿਆ ਮੰਮੀ ਜੀ ਮੈਂ ਬਥੇਰੀਆਂ ਥੋੜੀਆਂ ਜਰ ਲੀਆਂ ਗੱਲ-ਗੱਲ ਤੇ ਤੁਸੀਂ ਰੋਕਾ-ਟੋਕੀ ਕਰਦੇ ਹੋ ਮੇਰੇ ਤੋਂ ਨਹੀਂ ਬਰਦਾਸ਼ਤ ਹੁੰਦੀ ਇਹ ਪੁੱਤ ਮੈਂ ਕਦੋਂ ਰੋਕਾ-ਟੋਕੀ ਕਰਦੇ ਤੈਨੂੰ ਮੈਂ ਤਾਂ ਤੈਨੂੰ ਸਮਝਾਉਣੀ ਹੂੰ ਰੋਟੀ ਖਾਣ ਲੱਗ ਜਾਓ ਤਾਂ ਤੁਸੀਂ ਰੋਕਣਾ ਫਜ਼ੂਲ ਖਰਚਾ ਕਰੋ ਫਜ਼ੂਲ ਤਾਂ ਵੈਸੇ ਮੈਂ ਕਰਦੀ ਵੀ ਨਹੀਂ ਆਪਦੀ ਲੋੜ ਦੀਆਂ ਚੀਜ਼ਾਂ ਹੀ ਲੈ ਕੇ ਆਉਣੀ ਆ ਤੁਹਾਡੇ ਤਾਂ ਉਹ ਨਹੀਂ ਜਰਨਾ ਜਾਂਦਗਾ ਦੇਖ ਲੈ ਕਿੰਨਾ ਲੱਗ ਗਈ ਮੂਰੇ ਬੋਲਣ ਲੈ ਮੈਂ ਤਾਂ ਦੇਖੀ ਇੰਨੇ ਸਿਫਤਾਂ ਕਰਦੀ ਸੀਗੀ ਲੱਚਾ ਵਰਚਾ ਵਰ ਲੱਗ ਗਈ ਮੇਰੇ ਮੂਰੇ ਬੋਲਣ ਨਿਕੁੜੀਏ ਆ ਮੇਰੇ ਕੱਪੜੇ ਮੈਨੂੰ ਜੁਕਰ ਪਾਏ ਨੇਗੇ ਕਿਉਂ ਇਹਨਾਂ 'ਚ ਕੀ ਕੀੜੇ ਪਏ ਤੇਗੇ ਮੈਂ ਕੀ ਕਰਾਂ ਧੋਲੋ ਤੁਸੀਂ ਆਪਦੇ ਕੱਪੜੇ ਆਪ ਹੀ ਅੱਛਾ ਮੈਂ ਧੋਣਾ ਹੈ ਹਾਂ ਤੁਹਾਡੇ ਹੱਥਾਂ ਨੂੰ ਕੀ ਹੋਇਆ ਹੱਥ ਦੁਖਦੇ ਆ ਤੁਹਾਡੇ ਨਾ ਕਾਦੇ ਵਾਸਤੇ ਤੇ ਤੀ ਬਹਿ ਕੇ ਲੰਦੀ ਹੈਗੀ ਲੋਕਾਂ ਦੇ ਨੂੰਹਾਂ ਦੀਆਂ ਵਾਂਗੂ ਲੱਗ ਗਈ ਬੋਲਣ ਤੂੰ ਵੀ ਬੋਲਣ ਵੀ ਨਾ ਮੈਨੂੰ ਤੁਸੀਂ ਹੀ ਲਾਇਆ ਜਦੋਂ ਆਪ ਗੱਲ-ਗੱਲ ਤੇ ਜਿਵੇਂ ਕਰਦੇ ਸੀ ਉਵੇਂ ਮੈਂ ਕਰਨ ਲੱਗ ਗਈ ਹੁਣ ਜਰ ਲੋ ਫਿਰ ਅੱਛਾ ਤੂੰ ਵੀ ਲੋਕਾਂ ਨੂੰਹਾਂ ਦੀ ਰੀਸ ਲੱਗੀ ਕਰਨਾ ਹਨਾ ਰੀਸਾਂ ਰੂਸਾਂ ਦਾ ਮੈਨੂੰ ਨਹੀਂ ਪਤਾ ਮੈਂ ਤਾਂ ਆਪ ਦਾ ਸੁਭਾਅ ਬਦਲ ਲਿਆ ਬਸ ਬਸ ਤਾਂ ਐਂ ਹੀ ਰਹਿਣਾ ਹੁਣ ਇਹ ਕਿਆ ਕਰ ਦਿੱਤੀ ਐ ਬਸ ਆ ਮਮੈਲਾ ਦੀ ਆ ਕਰ ਦਿੱਤੀ ਤੇਰੀ ਮਾਂ ਨੇ ਹੋਰ ਕੀ ਕਹਿਆ ਕੁਸਾ ਮਾਂ ਤੱਕ ਪਹੁੰਚਣ ਦੀ ਲੋੜ ਨਹੀਂ ਹੈਗੀ ਮੰਮੀ ਮੈਂ ਸਾਹਮਣੇ ਖੜੀ ਆ ਨਾ ਮੇਰੇ ਨਾਲ ਗੱਲ ਕਰ ਲੋ ਮੈਂ ਕਿਸੇ ਦੀ ਮਾਂ ਨਹੀਂ ਹੈਗੀ ਜਿਵੇਂ ਤੂੰ ਬੋਲ ਜੇ ਚਾਵਰ ਚਾਵਰ ਮੈਨੂੰ ਨਹੀਂ ਪਤਾ ਤੁਹਾਡੇ ਨਾਲ ਦਿਮਾਗ ਕੌਣ ਖਰਾਬ ਕਰੇ ਮਸ਼ੀਨ 'ਚ ਕੱਪੜੇ ਨਾ ਪਾਇਓ ਆਪਦੇ ਕਿ ਤੇਰੀ ਕਿਹੜੇ ਮਾਂ ਨੇ ਦਿੱਤੀ ਸੀਗੀ ਕਿ ਤੇਰੇ ਬਾਪ ਨੇ ਦਿੱਤੀ ਸੀ ਮਸ਼ੀਨਾ ਵੀ ਤਾਂ ਉਹ ਰੱਖ ਦੀਏਗੀ ਹੱਦ ਪੈ ਗਈ ਇਹਦੇ ਅਜ ਤਾਂ ਧੋਲੂੰਗੀ ਮੈਂ ਤੇਰੇ ਟੁੱਟ ਗਿਆ ਹੱਥ ਪੈਰਾਂ ਮਨਪ੍ਰੀਤ 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 ਮੈਂ ਤੈਨੂੰ ਬਾਹਰ ਕਿੰਨੇ ਵਾਰ ਮਾਰਦਾ ਸੁਣਦਾ ਨਹੀਂਗਾ ਤੈਨੂੰ ਨਹੀਂ ਮੈਨੂੰ ਨਹੀਂ ਸੁਣਿਆ ਐਂ ਜੇ ਮੂੰਹ ਕਰਕੇ ਕੀ ਗੱਲ ਹੋਈ ਹੈ ਕੋਈ ਗੱਲ ਕੀ ਹੋਣੀ ਆ ਆ ਬੇਬੇ ਦੀਆਂ ਗੱਲਾਂ ਸੁਣ ਲਓ ਜੇ ਮੈਂ ਕੋਈ ਵੀ ਕੰਮ ਕਰਦੀ ਆ ਉਹਨਾਂ ਦੀਆਂ ਰੋਕਾ ਟੋਕਾਂ ਵਧੀਆ ਹੀ ਜਾਂਦੀਆਂ ਵਧੀਆ ਹੀ ਜਾਂਦੀਆਂ ਕੀ ਕਹਤਾ ਬੇਬੇ ਨੇ ਸੁਬਾ ਪਹਿਲਾਂ ਰੋਟੀ ਪਿੱਛੇ ਬੋਲੇ ਫਿਰ ਮੈਨੂੰ ਚਾਹ ਪਿੱਛੇ ਬੋਲੇ ਵੀਰ ਆਇਆ ਸੀਗਾ ਮੈਂ ਚਾਹ ਨਹੀਂ ਫੜਾਈ ਮੈਂ ਇੱਥੋਂ ਨਹੀਂ ਇੰਨਾ ਬਰਦਾਸ਼ਤ ਹੁੰਦਾ ਮੈਂ ਤਾਂ ਆਪਦੇ ਪਿੰਡ ਜਾਣਾ ਮੈਂ ਨਹੀਂ ਰਹਿਣਾ ਹੈਗਾ ਇੱਥੇ ਤੂੰ ਬੇਬੇ ਦੀਆਂ ਗੱਲਾਂ ਦਾ ਕਾਹਨੂੰ ਗੁੱਸਾ ਮੰਨਦੀ ਆ ਮੈਂ ਕਰੂੰ ਕੋਈ ਨਹੀਂ ਬੇਬੇ ਨਾਲ ਗੱਲ ਗੁੱਸਾ ਨਾ ਕਰਾਂ ਤਾਂ ਹੋਰ ਕੀ ਕਰਾਂ ਅਰੇ ਬੇਬੇ ਆਹੋ ਆਹੋ ਭਰਦੇ ਕਰਨਾ ਕਰਦੇ ਜਮੀਆਂ ਕੰਨਾਂ ਦਾ ਪੱਕਾ ਬਾੜੇ ਝੂਠ ਤਬਾਨ ਫੜਦੇ ਆ ਬਾੜੇ ਬੇਬੇ ਤੂੰ ਵੀ ਨਾ ਇੰਨਾ ਨਾ ਬੋਲਿਆ ਕਰ ਇਹਨੂੰ ਗੱਲ ਕਰ ਤੇ ਟੋਕੀਆਂ ਨੇ ਨਹੀਂ ਐ ਥੋੜੂ ਹੁੰਦਾ ਹੁੰਦਾ ਅੱਛਾ ਮੈਂ ਬੜਾ ਬੋਲਦੇ ਆ ਇਹਨੂੰ ਤਾਂ ਸਮਝਾ ਦੇ ਇਹ ਕਿੰਨਾ ਲੱਗੀ ਮੂਰੇ ਬੋਲਣਾ ਕੁਝ ਨਹੀਂ ਕਿਹਾ ਇਹਨੇ ਕਦੇ ਮਾੜੀ ਮਾੜੀ ਗੱਲ ਜਿਹੜੀ ਹੁੰਦੀ ਉਹੀ ਟੋਕਣ ਬਹਿ ਜਾਂਦੇ ਮੈਨੂੰ ਕਦੇ ਆ ਨਹੀਂ ਕੀਤਾ ਆ ਨਹੀਂ ਕੀਤਾ ਮੈਂ ਤਾਂ ਇੰਨੇ ਸਰੀਫਾ ਕਰਦੀ ਸੀ ਪਿੰਡ 'ਚ ਵੀ ਮੇਰੀ ਨੂੰਹ ਵਰਗੀ ਕੋਈ ਸਿਆਣੀ ਨਹੀਂ ਆ ਦੇਖ ਲੈ ਮੈਨੂੰ ਕਿਵੇਂ ਕਰਦੀ ਬਸ ਫਿਰ ਠੀਕ ਆ ਹੁਣ ਤੂੰ ਨਾ ਟੋਕਿਆ ਕਰ ਐਡੀ ਗੱਲ ਹੋ ਗਈ ਮੈਂ ਤੁਹਾਨੂੰ ਚਿੱਠੀਆਂ ਪਾਈਆਂ ਵੀ ਮੇਰੀਆਂ ਸਿਫਤਾਂ ਕਰੋ ਤੁਸੀਂ ਪਿੰਡ 'ਚ ਨਾਲੇ ਤਾਂ ਸਾਰਾ ਕੰਮ ਕਰੋ ਨਾਲੇ ਇਹਨਾਂ ਤੋਂ ਗੱਲਾਂ ਸੁਣੋ ਕਿਉਂ ਤੇਰੇ ਹੁੰਦੇ ਨਹੀਂ ਹਟਦੀ ਹੈ ਕਿ ਮਗਰੋਂ ਕਦੋਂ ਹਟਦੀ ਹੈ ਤੇ ਤੂੰ ਰਸਾ ਕੇ ਤਾਂ ਤੂੰ ਭੇਜੀ ਆ ਤੂੰ ਨਾ ਕਰ ਇਹੋ ਜਿਹੀਆਂ ਗੱਲਾਂ ਤੂੰ ਤਾਂ ਆਪੋਦੀ ਸਾਈਡ ਲੈਣਾ ਕਾ ਸਮਾਰਤ ਮਾਰਦੀ ਬੇਬੇ ਸਾਈਡ ਤਾਂ ਲੈਣੀ ਪਈ ਬਗਾਨੀ ਦੀ ਅਗਲੀ ਵਿਆਹ ਕੇ ਆਪਣੇ ਘਰੇ ਆਈ ਆ ਆਪਾਂ ਝੜਕਾਂਗੇ ਮਾਰਾਂਗੇ ਉਹ ਰਹੂ ਬਣਾ ਇੱਥੇ ਚੰਗਾ ਸਮਾਰ ਕੇ ਉਹ ਕਰ ਲੈ ਨਿਕੁੜੀਏ ਇਹ 8 ਕੁ ਰੋਟੀਆਂ ਲਾਈਆਂ ਨੇਗੀਆਂ ਮੇਰੀ ਰੋਟੀ ਨਹੀਂ ਪਕਾਈ ਜਦੋਂ ਪਤਾ ਲੱਗ ਹੀ ਗਿਆ ਤੁਹਾਨੂੰ ਵੀ ਤੁਹਾਡੀ ਰੋਟੀ ਨਹੀਂ ਬਣਾਈ ਫਿਰ ਪੁੱਛਦੇ ਕਿਉਂ ਅੱਛਾ ਕਾ ਤੁਹਾਨੂੰ ਨਹੀਂ ਆਪਦੀ ਰੋਟੀ ਆਪ ਬਣਾ ਲਓ ਅੱਛਾ ਆਪਦੀ ਰੋਟੀ ਬਣਾ ਲਾ ਮੈਂ ਹੈ ਹਾਂਜੀ ਆਪਦੀ ਰੋਟੀ ਆਪ ਬਣਾਓ ਨਾਲੇ ਆਦਤ ਪਾਲੋ ਬਣਾਉਣ ਦੀ ਕਿਉਂਕਿ ਹੁਣ ਮੈਂ ਤੁਹਾਡੇ ਨਾਲ ਨਹੀਂ ਰਿਹਾ ਕਰਨਾ ਅਸੀਂ ਅੱਡ ਹੋ ਰਹੇ ਹਾਂ ਐ ਕਿਵੇਂ ਅੱਡ ਹੋ ਜਾਏਗੀ ਕਿੱਥੇ ਹੋਵੇਗੀ ਅੱਡ ਇਹ ਘਰ ਬਾਰ ਮੇਰਾ ਹੈਗਾ ਇਹ ਮੇਰੇ ਨਾਲ ਬੇਬੇ ਕਿਉਂ ਚੰਗਾ ਰੋਲੀ ਪਾਈ ਆ ਤੀਜੇ ਘਰ ਤੱਕ ਸੁਣਦੇ ਆ ਤੁਹਾਡੀ ਆਵਾਜ਼ ਮੈਂ ਇੰਨੀ ਰੋਲਾ ਪਾਇਆ ਤੇਰੀ ਤੀਵੀਂ ਨੂੰ ਸਮਝਾ ਲਾ ਹਾਂ ਹਾਂ ਮੈਂ ਤਾਂ ਆਪੇ ਹੀ ਰੋਲਾ ਪਾਏਗਾ ਮੇਰੀ ਗੱਲ ਸੁਣ ਲਓ ਮੈਂ ਮੰਮੀ ਨਾਲ ਰਹਿਣਾ ਹੀ ਨਹੀਂ ਹੈਗਾ ਮੈਂ ਤਾਂ ਅੱਡ ਹੋਣਾ ਕਿਉਂ ਕਾਦੇ ਵਾਸਤੇ ਕਿਉਂਕਿ ਉਹਨਾਂ ਮੈਨੂੰ ਨਹੀਂ ਪਤਾ ਕਿ ਕਿਉਂ ਤਾਂ ਅੱਧੀ ਲੜਾਈ ਹੁੰਦੀ ਆ
ਮੈਂ ਤੁਹਾਨੂੰ ਦੱਸਤਾ ਵੀ ਮੈਂ ਰਹਿਣਾ ਨਹੀਂ ਹੈਗਾ ਮੰਮੀ ਨਾਲ। ਗੱਲ ਤਾਂ ਦੱਸਦੇ, ਗੱਲ ਤਾਂ ਹੋਈ ਹੋਊ ਕੋਈ, ਮੰਮੀ ਨਾਲ ਨਹੀਂ ਰਹਿਣਾ। ਗੱਲਾਂ ਤੁਹਾਨੂੰ ਤਾਂ ਕਾਹਨੂੰ ਦੱਸ ਦਿਆਂ, ਮੇਰੇ ਤੋਂ ਨਹੀਂ ਦਿਮਾਗ ਖਪਾਈ ਹੁੰਦੀ ਆਪਦੀ ਇਹਨਾਂ ਨਾਲ। ਮੈਂ ਤੁਹਾਨੂੰ ਲਾਸਟ ਤੇ ਪਹਿਲੀ ਗੱਲ ਇਹੀ ਕਹਿਣੀ ਆ ਵੀ ਆਪ ਹੀ ਸੋਚ ਲਓ ਵੀ ਤੁਸੀਂ ਕਿਹਦੇ ਨਾਲ ਰਹਿਣਾ, ਆਪਦੀ ਮਾਂ ਨਾਲ ਕਿ ਮੇਰੇ ਨਾਲ। ਬਸ ਗੱਲ ਖਤਮ। ਮੇਰੀ ਗੱਲ ਸੁਣ ਲੈ, ਗੁੱਸੇ 'ਚ ਲਏ ਹੋਏ ਫੈਸਲੇ ਨਾ ਗਲਤ ਹੀ ਹੁੰਦੇ ਨੇ। ਤੇਰੇ ਨਾਲੇ ਵੱਡੀ ਗੱਲ, ਮਾਂ ਮਾਂ ਹੀ ਹੁੰਦੀ ਆ, ਮਾਂ ਬਿਨਾਂ ਨਹੀਂ ਰਿਹਾ ਜਾਂਦਾ। ਗੱਲ ਤਾਂ ਸਹੀ ਦਾ ਮੈਨੂੰ ਨਹੀਂ ਪਤਾ, ਮਾਂ ਤੁਹਾਡੀ ਹੈਗੀ ਆ ਨਾ, ਬਸ ਠੀਕ ਆ। ਮੈਂ ਨਹੀਂ ਉਹਨੂੰ ਮਾਮੂ ਬਣਾਉਣਾਗਾ, ਬਸ ਮੈਂ ਅੱਡ ਹੋਣਾ। ਮੈਂ ਨਾ, ਤੂੰ ਮਾਂ ਨਹੀਂ ਸਮਝਦੀ ਫਿਰ ਉਹਨੂੰ। ਫਾਲਤੂ ਮੈਨੂੰ ਪਕਾਈ ਨਾ ਮਾਰੋ। ਇੱਕ ਤਾਂ ਇਹਨਾਂ ਦੀ ਮੱਤ ਨਾ ਗੁੱਤ ਪਿੱਛੇ ਹੁੰਦੀ ਹੈਗੀ, ਇਹਨਾਂ ਨੂੰ ਪਤਾ ਨਹੀਂ ਕੀ ਚੀਜ਼ ਦੀ ਲੋੜ ਆ, ਕੀ ਚੀਜ਼ ਦੀ ਨਹੀਂ। ਵੀ ਦੱਸ, ਮਾਂ ਬਿਨਾਂ ਵੀ ਕਦੇ ਘਰ ਚੱਲੇ ਨੇ? ਪਾਗਲ ਨਾ ਹੋਵੇ ਕਿਸੇ ਥਾਂ ਦੀ। ਜਦੋਂ ਆਈ ਸੀ ਨਾ ਘਰੇ, ਉਹਦਾ ਕਿਵੇਂ ਰਹਿੰਦੀ ਹੁੰਦੀ ਸੀ, ਮੇਰੀ ਮਾਂ ਦੀ ਸੇਵਾ ਕਰਦੀ ਕਿ ਤੂੰ ਨਾ ਹੱਥ ਲਾਇਆ ਕਰੀ ਮਾਂ। ਹੁਣ ਇਹਨੇ ਆ ਕੇ ਘਰ ਅੱਡ ਕਰਵਾਤਾ ਯਾਰ, ਰੋਟੀਆਂ ਲਾਉਣ ਲੱਗ ਰਹੀ ਮੇਰੀ ਮਾਂ। ਆਪ ਹੀ ਲੱਗ ਰਹੀ ਸੀ ਬਾਬੇ ਰੋਟੀ ਲਾਉਣ। ਚੱਲ ਚੰਗਾ, ਸਬਜ਼ੀ ਪਾ, ਮੈਂ ਵੀ ਖਾਣਾ ਰੋਟੀ। ਲੈ ਕਰਾਂ ਪਾ ਦੇ, ਬਹੁਤ ਭੁੱਖ ਲੱਗ ਰਹੀ ਹੈ ਮਾਂ ਮੇਰੀ। ਤੇਰੇ ਵਰਗੀਆਂ ਰੋਟੀਆਂ ਨਾ ਕੋਈ ਨੀ ਲਾ ਸਕਦਾ ਧਰਮ ਨਾਲ। ਬੇਬੇ ਤੁਹਾਡੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਕਰਕੇ ਆ ਘਰ ਦੇਖ ਲੈ ਕਿਵੇਂ ਪੱਟਿਆ ਗਿਆ ਆਪਣਾ। ਤੂੰ ਤਾਂ ਅੱਡ ਹੋ ਗਈ, ਇਹਦਾ ਪਤਾ ਨੀ ਕਿਹੋ ਜਿਹਾ ਸੁਭਾਅ ਗਾ। ਚੱਲ ਕੋਈ ਗੱਲ ਨੀ ਬੇਬੇ, ਤੂੰ ਚੁੱਪ ਕਰ ਜਾ। ਜਦੋਂ ਲੜਾਈ ਵਿੱਚ ਇੱਕ ਬੰਦਾ ਚੁੱਪ ਕਰ ਜਾਏ ਨਾ, ਫਿਰ ਲੜਾਈ ਆਪੇ ਠੰਡੀ ਪੈ ਜਾਂਦੀ ਆ। ਬੇ ਪੁੱਤ ਰੋਟੀ ਤਾਂ ਖਾ ਜਾਂਦੇ ਇੱਕ ਅੱਧੀ, ਦੇਖ ਲਾ ਰੋਟੀ ਕਿਹੜਾ ਖਾ ਦਿੱਤੀ ਹੈਗੀ, ਉਹਦੀ ਆ ਗਈ ਉੱਤੀ ਗੱਦ ਦੇ ਵੀ ਰੋਟੀ ਤਾਂ ਖਾ ਨਾ ਤੂੰ। ਕਿੰਨੇ ਮਹੀਨੇ ਹੋ ਗਏ ਉਹ ਗੱਲਾਂ ਨੂੰ, ਹੁਣ ਜੇ ਮਨਪ੍ਰੀਤ ਸਿਆਣੀ ਹੋ ਗਈ, ਮੇਰੀ ਮਾਂ ਨੂੰ ਬੁਲਾ ਲਏ, ਗੱਲ ਕਿਤੇ ਸੁਧਰ ਨਾ ਜਾਵੇ। ਕੀ ਤੁਸੀਂ ਇਕੱਲੇ ਗੱਲਾਂ ਜਿਹੀਆਂ ਕਰੀ ਜਾਂਦੇ ਹੋ? ਤੇਰੇ ਬਾਰੇ ਸੋਚੀ ਜਾਂਦਾ ਸੀ ਮੈਂ ਕਿ ਬੁਲਾ ਲਾ ਹੁਣ ਮਾਂ ਨੂੰ, ਆ ਹਾਲਤ ਸੀ ਤੈਨੂੰ ਮਾਂ ਦੀ ਲੋੜ ਆ। ਤੁਸੀਂ ਪਾਗਲ ਹੋ ਕਿ ਮੈਂ ਪਾਗਲ ਹਾਂ? ਇੰਨਾ ਕੁਛ ਕਰਕੇ ਮੈਂ ਮਾਂ ਨੂੰ ਬੁਲਾਉਂਗੀ? ਮੈਨੂੰ ਨਹੀਂ ਲੋੜ ਮੰਮੀ ਦੀ ਲੋੜ। ਆ ਹਾਲਤ ਸੀ ਫਿਰ ਤੇਰੇ ਕੋਲੇ ਕੌਣ ਖੜੂਗਾ, ਮੈਂ ਤਾਂ ਡਿਊਟੀ 'ਤੇ ਵਗ ਜਾਂਦਾਗਾ। ਕੋਈ ਨਹੀਂ, ਮੇਰੀਆਂ ਭੈਣਾਂ ਹੈਗੀਆਂ, ਮਾਸੀਆਂ ਦੀਆਂ ਕੁੜੀਆਂ ਹੈਗੀਆਂ, ਭਰਜਾਈ ਹੈਗੀ ਆ ਮੇਰੀ, ਮੇਰੀ ਮਾਂ ਹੈਗੀ ਆ। ਜਦੋਂ ਮੈਨੂੰ ਲੋੜ ਪਊਗੀ ਨਾ, ਮੈਂ ਆਪੇ ਫੋਨ ਲਾ ਦੂੰਗੀ, ਆਪੇ ਆ ਜਾਣਗੀਆਂ। ਅੱਧੇ ਬੋਲਦੇ ਜਾਣ ਵਾਰਦੀਆਂ। ਆਹੋ ਜਾਣ ਵਾਰਦੀਆਂ ਨੇ, ਦੇਖ ਲਾਂ ਕੋਈ ਗੱਲ ਨਹੀਂ, ਜਾਣ ਵਾਰਨ ਵਾਲਿਆਂ ਨੂੰ ਵੀ ਆਉਂਦੀਆਂ ਨੇ ਕਿ ਆਉਂਦੀਆਂ ਨੇ ਹੈਗੀਆਂ। ਕੋਈ ਨਹੀਂ ਦੇਖ ਲਿਓ, ਲੋੜ ਤਾਂ ਪੈਣ ਦੇ ਮੇਰੇ ਨਾਲ ਨਾ, ਤੁਸੀਂ ਐਵੇਂ ਜਿਦਾ ਜਦਾਈ ਜੀ ਨਾ ਕਰਿਆ। ਚੰਗਾ ਹੁਣ ਤੂੰ ਆ ਹਾਲਤ ਦੇ ਵਿੱਚ ਐਵੇਂ ਬੋਲਣਾ, ਡਾਕਟਰ ਦੇ ਜਾਣਾ ਆਪਾਂ ਨੇ, ਉਹਦੀ ਤਿਆਰੀ ਕਰ ਲਾ ਤੂੰ। ਤਿਆਰ ਕੀ ਕਰਨਾ, ਬਸ ਆਈ ਚੱਲੋ, ਮੈਨੂੰ ਤਾਂ ਲੈ ਜਾਓ, ਰਿਪੋਰਟਾਂ ਤਾਂ ਚੱਕਣੀਆਂ ਨੇ। ਫਿਰ ਚੱਕ ਲਿਆਓ, ਬੋਲੀ ਜਾਂਦੇ ਹੋ ਬੈਠੇ। ਮਾਂ ਨੂੰ ਬੁਲਾ ਲਾ, ਦੱਸ ਬੁੜੀ ਨੇ ਤਾਂ ਉਹਦੇ ਕਹਿ ਦੇਣਾ ਮੇਰੇ ਬਿਨਾਂ ਸਰਿਆ ਨੀ ਦੇਖਿਆ, ਬੁਲਾ ਲਿਆ ਨਾ ਮੈਨੂੰ, ਮੁੜ ਘੁੜ ਕੇ ਅੱਗੇ ਖੋਤੀ ਬੋਰਡ ਥੱਲੇ। ਕਿੱਥੇ ਪਈਆਂ ਨੇ? ਤੁਹਾਨੂੰ ਕਦੇ ਕੋਈ ਚੀਜ਼ ਇੱਥੇ ਆਈ ਵੀ ਆ? ਮੇਰੀਆਂ ਅੱਖਾਂ ਨਾਲ ਦੇਖ ਲਿਆ ਕਰੋ, ਸ਼ਾਇਦ ਲੱਭ ਜਿਆ ਕਰੇ, ਅਲਮਾਰੀ 'ਚ ਤਾਂ ਪਈਆਂ। ਫਿਰ ਤੂੰ ਐਂ ਕਹਿ ਨਾ, ਹਾਏ ਇੱਕੇ ਦਮ ਇੰਨਾ ਦਰਦ ਕਿਵੇਂ ਹੋਣ ਲੱਗ ਗਿਆ। ਸੰਗਤ ਸੰਗਤ ਹਾਂ ਮੰਨਤ ਭੱਜ ਕੇ ਉਰੇ ਆਓ। ਕੀ ਹੋ ਗਿਆ? ਮੇਰੇ ਬਹੁਤ ਦਰਦ ਹੋ ਜਾਂਦਾ। ਇੱਕ ਇੱਕ ਮਿੰਟ ਤੂੰ ਖੜ, ਮੈਂ ਬੇਬੇ ਨੂੰ ਬੁਲਾ ਕੇ ਦੇਖਣਾ। ਬੇਬੇ ਨੂੰ ਨਹੀਂ ਬੁਲਾਉਣਾ। ਕਿਉਂ? ਇਹ ਆ ਹਾਲਤ ਤੈਨੂੰ ਬੇਬੇ ਬੇਬੀ ਸਾਂਭੂ, ਮੇਰੀ ਗੱਲ ਸੁਣਾ, ਹੁਣ ਗੁੱਸਾ ਕਿਲੇ ਛੱਡ ਦੇ ਪੁੱਤਾ, ਮੈਂ ਬੇਬੇ ਨੂੰ ਬੁਲਾ ਲੈਣਾਗਾ। ਮੈਂ ਤੁਹਾਨੂੰ ਕਹਿ ਦੇਣਾ ਵੀ ਬੇਬੇ ਨੂੰ ਨਹੀਂ ਬੁਲਾਉਣਾ। ਹੋਰ ਫਿਰ ਕੀ ਕਰੇਂਗੇ ਤੂੰ? ਫੋਨ ਕੱਢ ਕੇ ਮੇਰੀ ਜੈਸਮੀਨ ਭਾਬੀ ਨੂੰ ਫੋਨ ਲਾ ਦਿਓ।
ਮੇਰੀ ਗੱਲ ਕਰਵਾ ਦੋ ਉਹਨਾਂ ਨਾਲ ਆਪੇ ਉਹ ਆ ਜਾਣਗੇ ਮੈਨੂੰ ਨਹੀਂ ਬੇਬੇ ਦੀ ਲੋੜ ਹੈਗੀ ਜਦੋਂ ਮੇਰਾ ਇੰਨੇ ਮਹੀਨੇ ਸਰ ਗਿਆ ਹੁਣ ਕਿਹੜਾ ਮੇਰਾ ਸਰੂਗਾ ਨਾ ਚੱਲ ਚੱਕ ਲੈ ਫੋਨ ਗੱਲ ਕਰ ਲੈ ਹੈਲੋ ਹੈਲੋ ਭਾਬੀ ਭਾਬੀ ਮੇਰੇ ਬਹੁਤ ਦਰਦ ਹੋ ਹੀ ਜਾਂਦਾ ਦੇਖ ਕੇ ਤੁਸੀਂ ਆ ਜਾਓ ਮੇਰੇ ਕੋਲ ਚਾਰ ਪੰਜ ਦਿਨ ਮਨਪ੍ਰੀਤ ਠੀਕ ਨਹੀਂ ਲੱਗ ਰਹੀ ਮੈਨੂੰ ਪਰ ਤੈਨੂੰ ਵੀ ਪਤਾ ਹੈ ਨਾ ਤੇਰੇ ਵੀਰ ਜੀ ਬਾਹਰ ਗਏ ਹੋਏ ਆ ਤੇ ਮੇਰਾ ਤੇ ਆਪਣੇ ਨਿਆਣਿਆਂ ਦਾ ਨੀ ਸਰਦਾ ਮੇਰੇ ਬਿਨਾਂ ਤੈਨੂੰ ਪਤਾ ਨਾ ਉਹਨਾਂ ਨੂੰ ਸਕੂਲ ਭੇਜਣਾ ਰੋਟੀ ਬਣਾਉਣੀ ਸਾਰਾ ਕੁਛ ਤਾਂ ਮੇਰੇ ਜਿੰਮੇ ਤੇ ਹੈ ਭਾਬੀ ਮੰਮੀ ਹੈਗੇ ਤਾਂ ਹੈ ਘਰੇ ਤੁਸੀਂ ਆ ਜਾਓ ਦੇਖੋ ਮੇਰੀ ਕੇਅਰ ਕਰਨ ਵਾਲਾ ਕੋਈ ਨੀ ਹੈਗਾ ਘਰੇ ਮੰਮੀ ਤੁਸੀਂ ਹੁਣ ਇੰਨਾ ਕੰਮ ਤਾਂ ਹੁੰਦਾ ਨੀ ਹੈ ਨਾਲੇ ਤੈਨੂੰ ਪਤਾ ਹੀ ਹੈ ਚੌਕ ਕਿਹੜਾ ਅੱਛੇ ਲੱਗਦੇ ਆ ਉਹਨਾਂ ਦੇ ਮੈਂ ਇਹ ਕਹਿੰਦੀ ਸੀ ਤੂੰ ਆਪਣੀ ਮਰਜ਼ੀ ਦੀ ਕੁੜੀ ਹਰਮਨ ਨੂੰ ਬੁਲਾ ਲੈ ਤਾਂ ਥੋੜਾ ਟਾਈਮ ਦਾ ਉਹ ਡੰਗ ਕਰ ਦੂਗੀ ਮੈਂ ਫੇਰ ਆ ਜਾਵਾਂਗੀ ਜਦੋਂ ਬੱਚਿਆਂ ਨੂੰ ਛੁੱਟੀ ਹੋ ਜਾਣਗੀਆਂ ਚੱਲ ਕੋਈ ਨੀ ਭਾਬੀ ਦੇਖਦੀ ਆ ਮੈਂ ਫਿਰ ਹਰਮਨ ਨੂੰ ਕਹਿ ਦਿੰਨੀ ਆ ਹਾਂ ਦੇਖ ਲੈ ਤੇ ਤੇਰਾ ਸਰਦ ਗਾਂ ਹਰਮਨ ਤੈਨੂੰ ਐਂ ਕਹਿ ਦੂਗੀ ਵੀ ਮੇਰੇ ਚਾਚੇ ਦੀ ਕੁੜੀ ਨੂੰ ਬੁਲਾ ਲਾ ਤੇ ਚਾਚੇ ਦੀ ਕੁੜੀ ਤੇਰੀ ਐਂ ਕਹਿ ਦੂਗੀ ਵੀ ਮੇਰੀ ਭੂਆ ਦੀ ਕੁੜੀ ਨੂੰ ਬੁਲਾ ਲਾ ਗੁੱਸਾ ਗਿਲਾ ਛੱਡ ਦੇ ਬੇਬੇ ਨੂੰ ਬੁਲਾ ਕੇ ਲੈ ਕੇ ਆਉਣਾ ਕੀ ਹੋ ਗਿਆ ਮਨਪ੍ਰੀਤ ਪੈ ਪੁੱਤ ਇਹ ਜਹਾਨ 'ਚ ਤਾਂ ਇਹੀ ਹੁੰਦਾ ਹੁੰਦਾ ਕਦੇ ਕੁਛ ਦੁੱਖ ਲੱਗ ਗਿਆ ਕਦੇ ਕੁਛ ਮੰਮੀ ਹਾਂ ਪੁੱਤ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਂ ਜਾਣੇ ਜਾਣੇ 'ਚ ਤੁਹਾਨੂੰ ਬਹੁਤ ਬੁਰਾ ਭਲਾ ਬੋਲਦੀ ਰਹੀ ਪਰ ਮੈਨੂੰ ਇਹ ਨਹੀਂ ਪਤਾ ਸੀਗਾ ਵੀ ਐਟ ਅ ਟਾਈਮ 'ਤੇ ਆ ਕੇ ਮੇਰੇ ਆਪਦਿਆਂ ਨੇ ਪਾਸਾ ਵੱਟ ਜਾਣਾ ਮੇਰੇ ਤੋਂ ਅਤੇ ਮੇਰੇ ਕੰਮ ਸਿਰਫ ਤੁਸੀਂ ਆਉਣਾ ਨਾ ਪੁੱਤ ਮਾਫੀ ਮੂਫੀ ਨੂੰ ਕੀ ਹੈਗਾ ਰੋ ਨਾ ਨਾ ਮਾਫੀ ਧੀਆਂ ਨਹੀਂ ਗੁੱਸੇ ਹੁੰਦੀ ਹੁੰਦੀਆਂ ਹੈ ਲੈਣੀ ਤੀ ਜੇ ਤੂੰ ਇਸ ਘਰ 'ਚ ਵਿਆਹ ਕੇ ਲਈ ਤੀ ਮੈਂ ਜ਼ਿੰਮੇਵਾਰੀ ਮੈਂ ਤੈਨੂੰ ਸਾਰੀ ਸੰਭਾਲ ਦਿੱਤੀ ਗਾਹਾਂ ਵੀ ਤੁਸੀਂ ਵਧੀਓ ਗਾਹਾਂ ਤੇਰੀ ਨੂੰਹ ਆਊਗੀ ਤੂੰ ਉਹਨੂੰ ਜ਼ਿੰਮੇਵਾਰੀ ਸੰਭਾਲੇਗੀ ਆਏ ਨਾ ਕਰ ਮੇਰੇ ਤੀ ਪਰ ਮੈਨੂੰ ਸੱਚੀ ਬਹੁਤ ਪਛਤਾਵਾ ਆਪਦੀ ਗਲਤੀ ਤੇ ਮੈਂ ਕਿਹੋ ਜਿਹਾ ਵਿਹਾਰ ਕੀਤਾ ਤੁਹਾਡੇ ਨਾਲ ਸ਼ਾਇਦ ਇਹ ਤਾਂ ਮਾਫੀ ਦੇ ਲਾਇਕ ਵੀ ਨਹੀਂ ਹੈਗਾ ਨਾ ਪੁੱਤ ਐ ਨਹੀਂ ਬੋਲਿਆ ਕਰਦੀ ਮੇਰੀ ਸਹਿਮਤੀ